ਖਰੜ ਸੀਟ ਦੇ ਉੱਤੇ ਵੀ ਮਤਦਾਨ ਜਿਹੜਾ ਹੈਗਾ ਜੋਰਾਂ ਸ਼ੋਰਾਂ ਦੇ ਨਾਲ ਚੱਲ ਰਿਹਾ ਹੈ ਇਸ ਵੇਲੇ ਸਾਡੇ ਨਾਲ ਸੀਨੀਅਰ ਸਿਟੀਜ਼ਨ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਬਾਪੂ ਜੀ ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਦੱਸ ਦਿਓ ਤੇ ਨਾਲ ਤੁਹਾਡੇ ਵਾਈਫ ਹੈਗੇ ਨੇ ਇਹਨਾਂ ਦਾ ਕੀ ਨਾਮ ਹੈ ਕਿੰਨੀ ਉਮਰ ਹੈ ਤੇ ਕਿਹੜੇ ਮੁੱਦਿਆਂ ਨੂੰ ਲੈ ਕੇ ਜਿਹੜਾ ਹੈਗਾ ਤੁਸੀਂ ਦੇਣਾ ਜੀ ਜੋਗਿੰਦਰ ਸਿੰਘ ਗੁਜਰਾਲ ਮੇਰੀ ਉਮਰ ਹੈ 85 ਸਾਲ ਮੇਰੀ ਮਿਸੇਸ ਹੈ सुरेंद्र कौर ਗੁਜਰਾਲ ਇਹਨਾਂ ਦੀ ਉਮਰ ਹੈ 74 ਸਾਲ ਮੁੱਦਾ ਇਸ ਵਕਤ ਇਹ ਹੀ ਹੈ ਕਿ ਇੱਕ ਤੇ ਮਹਿੰਗਾਈ ਇੱਕਦਮ ਪੀਕ ਤੇ ਪਹੁੰਚੀ ਹੋਈ ਹੈ ਕੁਝ ਲੋਕੀ ਮੂੰਹ ਤੋਂ ਬਹਿ ਬਣਾਉਂਦੇ ਰਹਿੰਦੇ ਆ ਵਿਚਾਰੇ ਔਖੇ ਹੋ ਗਏ ਕੁਝ ਨਹੀਂ ਕਰਦੇ ਉਹ ਐਵੇਂ ਹੀ ਮਰੀ ਜਾ ਰਹੇ ਇਹਨਾਂ ਮਨਿਸਟਰਾਂ ਦੀਆਂ ਸਰਕਾਰਾਂ ਦੀਆਂ ਗੱਲਾਂ ਸੁਣੀ ਜਾਓ ਖਾਲੀ ਝੂਠ ਹੀ ਝੂਠ ਨਜ਼ਰ ਆਉਂਦਾ ਕੀ ਕਹਿੰਦੇ ਆ 5 ਲੱਖ ਨੂੰ ਨੌਕਰੀ ਦੇ ਦਿੱਤੀ 2 ਲੱਖ ਨੂੰ ਪਲਾਣਾ ਕਰ ਦਿੱਤਾ ਇਹ ਕਬ ਅਰੇ ਮੈਨੂੰ ਕਿਉਂ ਨਹੀਂ ਦਿੱਤੀ ਇਹ ਕੱਲ ਯੂਪੀ ਦਾ ਹੀ ਦੇਖ ਰਹੇ ਸੰਨ Chief Minister ਦਾ 5 ਲੱਖ ਕੰਨ ਨੌਕਰੀਆਂ ਦੇ ਦਿੱਤੀਆਂ ਉਹ 5 ਲੱਖ ਨੌਕਰੀਆਂ ਅਗਰ ਤੂੰ ਯੂਪੀ ਦੇ ਵਿੱਚ ਹੀ ਦੇ ਦਿੱਤੀਆਂ ਤੇ ਯੂਪੀ ਦੇ ਵੀ ਸਭ ਪਾਸੇ ਨੌਜਵਾਨ ਵੇਲੇ ਕਿਸ ਤਰ੍ਹਾਂ ਫਿਰ ਰਹੇ ਯਾਰ ਹੈ ਕੋਈ ਲਿਸਟ ਆਊਟ ਕਰੋ ਨਾ ਭਾਈ ਦਸੋ ਲੋਕਾਂ ਨੂੰ ਕਿਸ ਜ਼ਿਲੇ ਵਿੱਚ ਇਹਨੇ ਬੰਦਿਆਂ ਨੂੰ ਨੌਕਰੀ ਦਿੱਤੀ ਲੋਕੀ ਸਾਰੇ ਮੰਗਦੇ ਰਹਿੰਦੇ ਕੱਲ ਹੀ ਝੂਠੇ ਸਟੇਟਮੈਂਟ ਜਾਰੀ ਕਰੀ ਜਾਓ ਬਸ ਕਿਵੇਂ ਦੇਖ ਦਿਓ ਫਿਰ ਜਿਹੜੀਆਂ ਇਹਨਾਂ ਦੀਆਂ ਮੁਫਤਾ ਸੀ ਇਹ ਦੇਵਾਂਗੇ ਸਿਲੰਡਰ ਦੇਵਾਂਗੇ ਨੌਕਰੀਆਂ ਦੇ ਮੁਫਤ ਦੇ ਦਿਓ ਚਾਵਲ ਦਾਲ ਦੇ ਦਿਓ بس ਸਾਲੇ ਘਰ ਬਹਿ ਕੇ ਖਾਂਦੇ ਰਹਿਣਗੇ ਵੇਲੇ ਇਹਨਾਂ ਦੀ ਸੋਚ ਨਹੀਂ ਬਦਲਣਗੇ ਸੋਚ ਤਾਂ ਬਦਲੀ ਹੋਏਗੀ ਜਦੋਂ ਇਹਨਾਂ ਨੂੰ ਫ੍ਰੀ ਐਜੂਕੇਸ਼ਨ ਦਿਓ ਐਜੂਕੇਸ਼ਨ ਦੇ ਬਾਅਦ ਨੌਕਰੀਆਂ ਦਿਓ 8 ਘੰਟੇ ਇਹ ਲਗੇ ਰਹਿਣ ਸਵੇਰ ਤੋਂ ਸ਼ਾਮ ਤੱਕ ਕੰਮ ਕਰਨਗੇ ਮਿਹਨਤ ਕਰਨਗੇ ਜਦੋਂ ਤਨਖਾਹ ਮਿਲੇਗੀ ਇਹਨਾਂ ਨੂੰ ਪੈਸੇ ਦੀ ਕੀਮਤ ਪਤਾ ਲੱਗੇਗੀ ਉਹ ਆਪੇ ਖਰੀਦ ਲੈਣਗੇ ਮੁਫੱਦੇ ਚਾਵਲ ਦਾਖਾਕੇ ਹੋਰ ਲੋਕ ਨਿਕੰਮੇ ਹੋ ਜਾਣ। ਤੁਸੀਂ ਫ੍ਰੀ ਐਜੂਕੇਸ਼ਨ ਦੀ ਗੱਲ ਕੀਤੀ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਣੀ ਵੀ ਇੱਥੇ ਵੋਟ ਪਾਉਣ ਆਣਗੇ। ਕਿਵੇਂ ਦੇਖਦੇ ਜੋ ਉਹਨਾਂ ਨੇ ਕਿਹਾ ਕਿ ਅਸੀਂ ਹੁਣ ਅੱਗੇ ਚਾਹੇ ਪ੍ਰਾਈਵੇਟ ਸਕੂਲ ਨੇ ਅਸੀਂ ਫ੍ਰੀ ਕਰ ਰਹੇ ਹਾਂ ਸਰ। ਦੇਖੋ ਮੈਂ ਕੰਨੀ ਸਾਹ ਦੇ ਬਾਰੇ 'ਚ ਨਾ ਕੋਈ ਫੇਵਰ ਕਰ ਰਿਹਾ ਨਾ ਉਹ ਕਰ ਰਿਹਾ। ਇੱਕ ਗੱਲ ਮੈਂ ਜ਼ਰੂਰ ਕਵਾਂਗਾ। ਪਤਾ ਨਹੀਂ ਇਹਨਾਂ ਦਾ ਆਪਸ ਦਾ ਮਾਮਲਾ ਜੋ ਵੀ ਹੋਇਆ ਹੋਵੇ, ਕੈਪਟਨ ਦਾ, ਸਿੱਧੂ ਦਾ, ਉਹਦਾ। ਲੇਕਿਨ ਜੰਨੀ ਸਾਹਿਬ ਨੇ ਭਾਵੇਂ 100 ਦਿਨ ਦੇ ਅੰਦਰ ਯਾਰ ਬਿਜਲੀ ਦੇ ਬਿੱਲਾਂ 'ਚ 3 ਰੁਪਏ ਯੂਨਿਟ ਅਗਰ ਕਟਾ ਦੇਤਾ ਤੇ ਬੜੀ ਵੱਡੀ ਗੱਲ ਹੈ ਇਹ ਪਹਿਲਾਂ ਕਿਉਂ ਨਹੀਂ ਕਰ ਸਕੇ ਇਹਦਾ ਮਤਲਬ ਕਰ ਸਕਦੇ ਸੀ ਅੱਛਾ ਗਰੀਬਾਂ ਦੇ ਕਹਿੰਦੇ ਉਹ ਪੱਟੇ ਲਿਖ ਕੇ ਦੇ ਦਿੱਤੇ ਹੈ ਬਹੁਤ ਅੱਛੀ ਗੱਲ ਹੈ ਤੇ ਇਹ ਤੁਸੀਂ ਪਹਿਲਾਂ ਵੀ ਤੇ ਕਰ ਸਕਦੇ ਸੀ ਜਦੋਂ ਕੈਪਟਨ ਸੀ ਚੀਫ ਮਿਨਿਸਟਰ ਇਹਦਾ ਮਤਲਬ ਕੈਪਟਨ ਕਿਸੀ ਹੋਰ ਥਿੰਕਿੰਗ ਦਾ ਆਦਮੀ ਜੀ ਬਾਕੀ ਸਾਰੇ ਕਿਸੇ ਹੋਰ ਥਿੰਕਿੰਗ ਦੇ ਸੰ ਚੰਨੀ ਨੇ ਜੋ ਕੁਝ ਕੀਤਾ ਹੈ ਇਹਨਾਂ ਦਿਨਾਂ ਦੇ ਵਿੱਚ 댓 ਇਸ ਕਮੈਂਡੇਬਲ ਇੱਕ ਪੰਜਾਬ ਦੇ ਵਿੱਚ ਜਦੋਂ ਵੀ ਚੋਣਾ ਆਉਂਦੀਆਂ ਨੇ ਇੱਕ ਬਾਰਡਰ ਸਿਕਿਉਰਿਟੀ ਇਸ਼ੂ ਤੇ ਇੱਕ ਖਾਲਿਸਤਾਨ ਦਾ ਮੁੱਦਾ ਇਹ ਵੀ ਉੱਠਣ ਲੱਗ ਜਾਂਦਾ ਇਹ ਚੀਜ਼ ਨੂੰ ਕਿਵੇਂ ਦੇਖਦੇ ਬਕਵਾਸ ਹੈ ਬਿਲਕੁਲ ਖਾਲੀ ਪੰਜਾਬ ਨੂੰ ਜਾਂ ਸਿੱਖਾਂ ਨੂੰ ਬਦਨਾਮ ਕਰਨ ਵਾਲੀ ਗੱਲ ਹੈ ਲੇਕਿਨ ਇਹਨਾਂ ਨੂੰ ਇਹ ਨਹੀਂ ਪਤਾ ਕਿ ਇਤਿਹਾਸ ਗਵਾ ਹੈ ਇਤਿਹਾਸ ਨੂੰ ਤੇ ਨਿਆ ਬਦਲੀ ਕੋਈ ਕਰ ਸਕਦਾ ਕੋਈ ਭਗਤ ਸਿੰਘ ਪੈਦਾ ਹੋਏਗਾ ਹੋਰ ਕੋਈ ਉਦਮ ਸਿੰਘ ਪਾਦਾ ਹੋਏਗਾ ਇਹ ਕੀ ਗੱਲਾਂ ਕਰਦੇ ਰਹਿੰਦੇ ਜਿਹੜੇ ਦੇਸ਼ ਵਾਸਤੇ ਆਪਣੀ ਜਾਨ ਦੇ ਸਕਦੇ ਆ ਜਿਹੜੇ ਦੇਸ਼ ਪੁਛੇ ਮਰ ਸਕਦੇ ਆ ਲੰਡਨ ਜਾ ਕੇ ਬਦਲਾ ਲੈ ਸਕਦੇ ਆ 22 ਸਾਲਾਂ ਬਾਅਦ ਤੁਸੀਂ ਉਹਨਾਂ ਨੂੰ ਲੋਕਾਂ ਨੂੰ ਪੜਖਾਈ ਜਾਓਗੇ ਪੰਜਾਬ ਦੇ ਅੰਦਰ Hindu ਹੋਵੇ Sikh ਹੋਵੇ Musalman ਹੋਵੇ ਇਹ ਪੰਜਾਬੀਅਤ ਜਿਹੜੀ ਹੈ ਨਾ ਇਹ ਇੱਕ ਐਸਾ ਬੌਂਡ ਹੈਗਾ ਤੁਸੀਂ ਦੇਖੋ ਹਰ ਘਰ ਦੇ ਵਿੱਚ ਮਿਕਸ ਹੈਗੇ ਕੋਈ ਨਹੀਂ ਆਗਾ ਇੱਥੇ ਮਤਲਬ ਉਹ ਨਹੀਂ ਇੱਥੇ ਸਦਭਾਵਨਾ ਸਾਰਿਆਂ ਚ ਹੈ ਸਾਰੇ ਇੱਕੋ ਈਸ਼ਟ ਨੂੰ ਮੰਨਦੇ ਐ ਪ੍ਰੇਮ ਪਿਆਰ ਹੈ ਸੋਹਣਾ ਖਾਣਾ ਸੋਹਣਾ ਬੋਲਣਾ ਇੱਕ ਦੂਜੇ ਦਾ ਸਹਿਯੋਗ ਕਰਨਾ ਇਹ ਹੀ ਪੰਜਾਬੀਅਤ ਹੈ ਬਸ ਮਾਤਾ ਜੀ ਤੁਸੀਂ ਕਿਹੜੇ ਮੁੱਦੇ ਦੇਖਦੇ ਹੈ ਕਿਉਂਕਿ ਇਸ ਤਰੀਕੇ ਨਾਲ ਜਿਵੇਂ ਹੁਣ ਕੈਂਪੇਨ ਵੀ ਹੋਇਆ ਹੈਗਾ ਪੋਲੀਟੀਕਲ ਲੋਕ ਵੱਖ-ਵੱਖ ਹਰ ਇੱਕ ਸਿਆਸਤਦਾਨ ਆਪਣੀ ਬਿਆਨਬਾਜ਼ੀ ਕਰ ਰਿਹਾ ਹੈਗਾ ਬੇਟੇ ਅਸੀਂ ਕਹਿੰਨੇ ਆ ਕਿ ਸਾਰੇ ਅਚੀ ਤਰ੍ਹਾਂ ਇਕੱਠੇ ਹੋ ਕੇ ਰਹਿਣ ਨਾ ਕੋਈ ਸਿੱਖ ਹੈ ਨਾ ਕੋਈ Hindu ਹੈ ਨਾ ਕੋਈ ਮੁਸਲਮਾਨ ਹੈ ਸਾਰੇ ਇੱਕੋ ਹੀ ਮੁੱਠਾ ਹੈ ਸਾਰੇ ਇੱਕ 100 ਰੁਪਏ ਕੁਦਰਤ ਦੇ ਸਮੇ ਉਸ ਪਰਮਾਤਮਾ ਸਾਡੇ ਨਾਲ ਸਾਰਾ ਕੁਝ ਦਿੱਤਾ ਆਪਣੇ ਹਲਕੇ ਦੇ ਵਿੱਚ ਕਿਹੜੇ ਮੁੱਦੇ ਦੇਖਦੇ ਕਿੰਨੇ ਕੰਮ ਹੋਏ ਕਿੰਨੇ ਨਹੀਂ ਹੋਏ ਇੱਥੇ ਸਾਡੇ ਮੁੱਦੇ ਜਿਹਾ ਅਲੀ ਤਾਂ ਕੋਈ ਖਾਸ ਕੰਮ ਹੋਏ ਨਹੀਂ ਹੋਣਗੇ ਤੇ ਤੁਹਾਨੂੰ ਦੱਸਾਂਗੇ ਖੱਦ ਦੀ ਤੱਕ ਤੇ ਚੱਲੀ ਜਾ ਰਹੀ ਹੈ ਬੰਨੂ ਬੇਟੇ ਚਾਹੀਦਾ ਮਤਲਬ ਇੱਕ ਜਿਹੜਾ ਚੇਂਜ ਇੱਕ ਇੱਕ ਜਿਹੜਾ ਚੇਂਜ ਲੋਕ ਗੱਲ ਕਰ ਰਹੇ ਹੈਗੇ ਨੇ ਕਿੰਨਾ ਕੁ ਚੇਂਜ ਤੁਹਾਨੂੰ ਲੱਗਦਾ ਬਦਲਾਅ ਆਏਗਾ ਇਸ ਵਾਰ ਬੇਟੇ ਆਣਾ ਚਾਹੀਦਾ ਆਣਾ ਚਾਹੀਦਾ ਮੇਰਾ ਗੱਲ ਸੁਣੋ ਇੱਕ ਕਾਨੂੰਨ ਬਣਨਾ ਚਾਹੀਦਾ ਹੈ ਕਿ ਕੋਈ ਵੀ ਪਾਰਟੀ ਚੋਂ ਇਲੈਕਸ਼ਨ ਤੋਂ 2 ਮਹੀਨੇ ਪਹਿਲਾਂ ਦੇ ਅੰਦਰ ਕੋਈ ਆਦਮੀ ਅਗਰ ਪਾਰਟੀ ਛੱਡ ਕੇ ਦੂਜੀ ਪਾਰਟੀ join ਕਰਦਾ ਨਾ ਹੀ ਸ਼ੁੱਡ ਬੀ ਪੁਨਿਸ਼ਡ ਉਹ ਲਖਣ ਨਹੀਂ ਲੜ ਸਕਦਾ ਇਹੋ ਜੇ ਕਾਨੂੰਨ ਬਣਨੇ ਚਾਹੀਦੇ ਆ ਇਹਦੇ ਸਾਰੇ ਮੋਖਾ ਪ੍ਰਸਤ ਹੈਗੇ ਕੋਈ ਮਤਲਬ ਹੀ ਨਹੀਂ ਹੈ ਇਹਨਾਂ ਨੇ ਕਿਹਾ ਟਿਕਟ ਨਹੀਂ ਵਿਹਾਂਗੇ ਇਹਨੂੰ ਛੱਡ ਕੇ ਉਧਰ ਵਾੜਿਓ ਉਹਨਾਂ ਨੇ ਕਿਹਾ ਨਹੀਂ ਟਿਕਟ ਦਿਆਂਗੇ 35 ਦੀ ਪਾਰੀ ਵਾੜਿਓ ਇਹੀ ਕਰਦੇ ਰਹਿਣਗੇ ਜਿਹੜੇ ਇੰਨੇ ਸੈਲਫ ਸੈਂਟਰਡ ਹੈਗੇ ਉਹਨਾਂ ਨੇ ਪਬਲਿਕ ਦਾ ਕੀ ਕਰਨਾ ਬਹੁਤ ਬਹੁਤ ਸ਼ੁਕਰੀਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿੱਥੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਣਾ ਨੇ ਵੋਟ ਪਾਉਣੀ ਆ ਇਸ ਵੇਲੇ ਅਸੀਂ ਉਸੇ ਸਕੂਲ ਦੇ ਵਿੱਚ ਮੌਜੂਦ ਹੈਗੇ ਤਾਂ ਤੁਹਾਨੂੰ ਇੱਕ ਤਸਵੀਰ ਹੋਰ ਦਿਖਾ ਦਿੰਨੇ ਆ ਜਿਸ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ VOTER ਜਿਹੜੇ ਹੈਗੇ ਨੇ ਆ ਰਹੇ ਨੇ ਨੌਜਵਾਨ VOTER ਵੀ ਹੈਗੇ ਨੇ ਸੀਨੀਅਰ ਸਿਟੀਜ਼ਨ ਵੀ ਹੈਗੇ ਨੇ ਹਰ ਇੱਕ VOTER ਜਿਹੜਾ ਹੈਗਾ ਆਪਣੇ VOTE ਦਾ ਇਸਤੇਮਾਲ ਕਰ ਰਿਹਾ ਹੈਗਾ ਤਾਂ ਬਜ਼ੁਰਗ ਜੋੜੇ ਨਾਲ ਗੱਲਬਾਤ ਕੀਤੀ ਆ ਤਾਂ ਸਾਫ਼ ਤੌਰ ਤੇ ਉਹਨਾਂ ਨੇ ਕਿਹਾ ਕਿ ਜਿੰਨੇ ਵੀ ਸਿਆਸੀ ਲੀਡਰ ਨੇ ਉਹ ਸਿਰਫ ਹਿੰਦੂ ਸਿੱਖ ਜਾਂ ਜਿਹੜੀ ਨਫ਼ਰਤ ਦੀ ਰਾਜਨੀਤੀ ਹੈਗੀ ਆ ਜਿਹੜੀ ਉਹ ਕਰ ਰਹੇ ਨੇ ਪਰ ਇਹ ਅਜੇਹਾ ਮੁੱਦਾ ਪੰਜਾਬ ਦੇ ਵਿੱਚ ਨਹੀਂ ਹੈ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਦਾ ਮੁੱਦਾ ਹੈ ਨੌਜਵਾਨਾਂ ਦੀਆਂ ਨੌਕਰੀਆਂ ਦਾ ਮੁੱਦਾ ਹੈ ਤਮਾਮ ਅਜਿਹੇ ਮੁੱਦੇ ਨੇ ਜਿਨ੍ਹਾਂ ਨੂੰ ਲੈ ਕੇ ਉਹ ਵੋਟ ਪਾ ਰਹੇ ਨੇ ਤੇ ਨਾਲ ਇਹ ਵੀ ਦਾਵਾ ਕਰ ਰਹੇ ਨੇ ਕਿ ਫਿਲਹਾਲ ਉਹਨਾਂ ਦੇ ਹਲਕੇ ਦੇ ਵਿੱਚ ਕੁਝ ਚੰਗੇ ਕੰਮ ਨਹੀਂ ਹੋਏ ਤਾਂ ਹੁਣ ਵੇਖਣਾ ਹੋਵੇਗਾ ਕਿ ਇਸ ਖਰੜ ਸੀਟਸ ਨੇ ਜੋ ਲੋਕ ਦਾਵਾ ਕਰ ਰਹੇ ਨੇ ਕਿਸ ਨੂੰ ਆਪਣਾ ਉਮੀਦਵਾਰ ਚੁੰਨਦੇ ਨੇ ਤੇ ਪੰਜਾਬ ਦੇ ਵਿੱਚ ਕਿਸ ਦੀ ਸਰਕਾਰ ਆਂਦੀ ਹੈ ਵੀਡੀਓ ਜਰਨਲਿਸਟ ਜਸ਼ਨਪ੍ਰੀਤ ਦੇ ਨਾਲ ਖਰੜ ਤੋਂ ਜਗਬਾਨੀ ਟੀਵੀ ਲਈ ਵਰੁਣ ਪਟ